भारतीय किसान यूनियन एकता उग्राह जिंदाबाद, सेंटर सरकार मुर्दाबाद, हर एक कानून रद्द करो, लोक मारू नीतियां बंद करो। किसानों के वलों यह ऐलान किया गया सी कि आज देश भर दे विच वड्डा अंदोलन होवेगा ते थां थां ते धरने प्रदर्शन भी लगाए जाणगे। उत्थे ही उन्हां दे वलों यह ऐलान भी किया गया सी कि देश भर दे डीसी दफ्तरां दा घेराव भी किया जाएगा। सो दिल्ली बॉर्डर ते तां किसान भुख हड़ताल ते बैठे ही होए ने, उत्थे ही पूरे देश भर दे विच डीसी दफ्तरां दा घेराव भी किया जा रहा है। इस दौरान हुन कुछ तस्वीरां संगरूर तो सामने आईयां ने, जिथे किसानां दे वल्लों संगरूर दे डीसी दफ्तर दा वी घेराओ कीता गया है। जी हां, संगरूर दे विच किसान जथेबंदियां दे वल्लों संगरूर दे डीसी दफ्तर नूं बंद रख्या गया ते वड्डी गिनती दे विच उस दे बाहर किसान इकट्ठे होए। धरना जी जिहड़ा है धरना, इन्हां ने काले कानून मोदी ने साडे ते थोपे ने, जिहड़े कि सानूं चाहीदे नहीं हैगे धक्के नाल साडे ते थोप रिहा, उस नूं रद्द कराउण लई असीं सारे अज धरने ते इकट्ठे होए जी। उह हुण पैर चों कहिंदे हुंदे सी वी मोदी जिहड़ा इक वार फैसला लै ले वी, उह मोदी उह फैसला वापस नहीं लैंदा। हुण पैर जे तुहाडे खिसकण लग गए, तुहानूं पता ही लग गया, हुण तुसीं देख लिया होणा वी सोध करन तों तैयार हो ਹੋਈ ਗਏ, ਪਰ ਇਹ ਸੋਧ ਨਹੀਂ ਜੀ, ਅਸੀਂ ਬਿੱਲ ਰੱਦ ਕਰਾ ਕੇ ਹਟਾਂਗੇ। ਸੇਵਕ ਸਿੰਘ ਸਾਬਕਾ ਸਰਪੰਚ ਪੱਤੀ ਭਰੀਆਂ। ਸੇਵਕ ਸਿੰਘ ਜੀ, ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ, ਦਿੱਲੀ ਦੇ ਵਿੱਚ 19ਵਾਂ ਦਿਨ ਹੋ ਗਿਆ ਜੋ ਧਰਨੇ ਚੱਲਦੇ ਨੂੰ, ਕੀ ਕਹਿਣਾ? ਇਹ ਅਸੀਂ ਜਿਹੜਾ ਕਾਨੂੰਨ ਰੱਦ ਕਰਾ ਕੇ ਹਟਾਂਗੇ। 19ਵਾਂ ਦਿਨ ਕੀ 19 ਸਾਲ ਹੋ ਜਾਣ, ਜਿੰਨਾ ਚਿਰ ਮੋਦੀ ਦਾ ਕੀਲਾ ਨਿਕਲਦਾ ਨਹੀਂ ਉਹਨਾਂ ਚਿਰ ਹਟਦੇ ਨਹੀਂ। ਪਰ ਮੋਦੀ ਸਰਕਾਰ ਕਹਿੰਦੀ ਵੀ ਬੱਚੇ ਤੇ ਬਜ਼ੁਰਗ ਵਾਪਸ ਚਲੇ ਜਾਓ ਘਰਾਂ ਨੂੰ, ਵੀ ਠੰਡ ਬਹੁਤ ਪੈ ਰਹੀ ਹੈ। ਉਹ ਤਾਂ ਬਹੁਤ ਕੁਝ ਕਹਿੰਦੇ ਨੇ, ਉਹਨਾਂ ਦੇ ਕਹਿਣ ਨਾਲ ਥੋੜੇ ਮੁੜਾਂਗੇ। ਅਸੀਂ ਆਪਦੀ ਵਿਰਾਸਤ ਖਾਤਰ ਖੜੇ ਆ, ਆਪਦੀ ਜ਼ਮੀਨ ਖਾਤਰ ਖੜੇ ਆ, ਆ ਨਿੱਕੇ ਨਿੱਕੇ ਬੱਚੇ ਨੇ ਸਾਡੇ, ਆ ਵੀ ਸਾਡੇ ਨਾਲ ਨੇ, ਆ ਪੋਤਾ ਸਾਡਾ। ਇਹ ਵੀ ਕਹਿੰਦਾ ਬਾਪੂ ਉੱਥੇ ਹੀ ਰਹਿਣਾ, ਉਹਨਾਂ ਚਿਰ ਨਹੀਂ ਹੱਲਣਾ ਜਿੰਨਾ ਚਿਰ ਕਾਨੂੰਨ ਨਹੀਂ ਵਾਪਸ ਲੈਂਦੇ। ਪਰ ਉਹ ਕਹਿੰਦੇ ਜੇ ਸੋਧ ਕਰਦੇ ਨੇ ਬਿੱਲਾਂ ਦੇ ਵਿੱਚ, ਸੋਧਾਂ ਦੀ ਸਾਨੂੰ ਲੋੜ ਹੀ ਨਹੀਂ, ਅਸੀਂ ਤਾਂ ਰੱਦ ਕਰਾਉਣਾ। ਸਾਡਾ ਮਕਸਦ ਇੱਕ ਹੈ, ਕਾਨੂੰਨ ਰੱਦ ਹੋਵੇ। ਹਰਵੰਸ ਸਿੰਘ ਜੀ, ਇਕਾਈ ਦੇ ਪ੍ਰਧਾਨ ਦੜਵਾ, ਦੜਵੇ ਤੋਂ ਕੀ ਕਹਿਣਾ ਜਿਹੜਾ ਧਰਨੇ ਚੱਲ ਰਹੇ ਨੇ ਦੇ ਬਾਰੇ? ਇਹ ਧਰਨੇ ਤੋਂ ਜੀ ਸਾਡੇ 3 ਮਹੀਨਿਆਂ ਦੇ, ਜੋ ਸਾਡੇ 3 ਮਹੀਨੇ ਹੋ ਗਏ ਸਾਨੂੰ ਸੜਕਾਂ ਦੇ ਬੈਠਿਆਂ ਨੂੰ, ਟੋਲ ਪਲਾਜ਼ਾ ਬੰਦ ਕਰਿਆਂ ਨੂੰ, ਜੋ ਆਪਣੇ ਦੇਰੇ ਨੇ ਜਿਹੜੇ ਰਿਲਾਇੰਸ ਪੰਪ ਕਰਿਆਂ ਨੂੰ, ਅਸੀਂ ਇਹਨੂੰ ਇਹ ਕਹਿੰਦੇ ਹਾਂ ਵੀ 6-6 ਮਹੀਨੇ ਦਾ ਰਾਸ਼ਨ ਲੈ ਕੇ ਅਸੀਂ ਪਹੁੰਚ ਗਏ, ਅਸੀਂ ਦਿੱਲੀ ਵੱਲੋਂ ਬੈਠੇ ਆ ਅਸੀਂ ਬਾਰਡਰ ਦੇ। ਜਿੰਦਰ ਸਿੰਘ ਜੀ, ਡੀਸੀ ਦਫ਼ਤਰ ਘਰੋ ਕੀਤਾ, 19ਵਾਂ ਦਿਨ ਹੋ ਗਿਆ ਦਿੱਲੀ ਧਰਨੇ ਪ੍ਰਦਰਸ਼ਨ, ਕੀ ਕਹਿਣਾ? ਇਹ ਡੀਸੀ ਦਫ਼ਤਰ ਜਿਹੜਾ ਘਰੋ ਕੀਤਾ, ਇਹ ਇਕੱਲੇ ਪੰਜਾਬ 'ਚ ਨਹੀਂ ਜਾਂ ਸੰਗਰੂਰ 'ਚ ਨਹੀਂ, ਇਹ ਆਲ ਇੰਡੀਆ ਲੈਵਲ 'ਤੇ ਕੀਤਾ ਗਿਆ ਹੈਗਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੰਡੀਆ ਲੈਵਲ ਦੀਆਂ ਜਥੇਬੰਦੀਆਂ ਵੱਲੋਂ ਫੈਸਲਾ ਹੋਇਆ ਵੀ ਜਿਹੜੀ ਸਰਕਾਰ ਸੈਂਟਰ ਸਰਕਾਰ ਆਰਡੀਨੈਂਸ ਲੈ ਕੇ ਆਈ ਹੈ, ਇਹ ਸਮੁੱਚੀ ਜਨਤਾ ਦੀ ਬਰਬਾਦੀ ਦੇ ਆਰਡੀਨੈਂਸ ਨੇ, ਲੋਕਾਂ ਦੇ ਕਿਰਤ ਨੂੰ ਲੁੱਟ ਕੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਵਾਸਤੇ, ਖਾਸ ਕਰਕੇ ਪੰਜਾਬ 'ਤੇ, ਪੰਜਾਬ 'ਤੇ ਵੱਡੀ ਪੱਧਰ 'ਤੇ ਆਖਿਆ ਉਹਨਾਂ ਦੀ, ਕਿਉਂਕਿ ਜਿਹੜਾ ਪੰਜਾਬ ਹੈ, ਪੰਜਾਬ ਇੱਕ ਬਾਰਡਰ ਇਲਾਕਾ ਹੈਗਾ, ਬਾਰਡਰ ਇਲਾਕਾ ਹੋਣ ਦੇ ਨਾਂ 'ਤੇ ਇਹਨਾਂ ਦੇ ਖਾਸ ਕਰਕੇ ਇਹਨੂੰ ਚੁਣਿਆ ਅਡਾਨੀਆਂ ਬਾਨੀਆਂ ਨੇ ਪੰਜਾਬ ਨੂੰ, ਜਾਣੀ ਹੁਣ ਗੱਲ ਇੱਥੇ ਆ ਖੜੀ ਵੀ ਪੰਜਾਬ 'ਚ ਉੱਠੀ ਹਨੇਰੀ ਇੰਡੀਆ ਲੈਵਲ 'ਤੇ ਪਹੁੰਚ ਗਈ। ਸਰਕਾਰ ਨੂੰ ਹੁਣ ਜਾਗਣਾ ਚਾਹੀਦਾ ਹੈਗਾ, ਕਿਉਂਕਿ ਜਿਹੜੀ ਸਰਕਾਰ ਹੈ, ਸਰਕਾਰ ਲੋਕਾਂ ਨੇ ਚੁਣੀ ਹੈ, ਲੋਕ ਸਰਕਾਰ ਦੇ ਚੁਣੇ ਹੋਏ ਨਹੀਂ ਹੈਗੇ, ਡੈਮੋਕਰੇਸੀ ਹੈ, ਡੈਮੋਕਰੇਸੀ ਦੀ ਆਵਾਜ਼ ਜਿਹੜੀ ਸਰਕਾਰ ਨੂੰ ਮੰਨਣੀ ਚਾਹੀਦੀ ਹੈ, ਆਰਡੀਨੈਂਸ ਰੱਦ ਕਰਕੇ ਸ਼ਾਂਤੀ ਬਹਾਲ ਕਰਨੀ ਚਾਹੀਦੀ ਇੰਡੀਆ ਲੈਵਲ ਦੇ ਉੱਤੇ। ਸਰ, ਮੋਦੀ ਸਰਕਾਰ ਹੱਦ ਤੱਕ ਉੱਥੇ ਅੜੀ ਹੋਈ ਹੈ, ਸੋਧ ਕਰਦੇ ਨੇ, ਬਿੱਲ ਕੈਂਸਲ ਨਹੀਂ ਕਰਦੇ, ਕਿਉਂਕਿ ਜਿਹੜੇ ਸੋਧ ਕਰਨ ਦੀ ਗੱਲ ਕਰਦੀ ਹੈ, ਇਹ ਤਾਂ ਗੱਲ ਉਹ ਆ ਗਈ ਨਾ, ਆ ਜਿਹੜੇ ਪੁਆਇੰਟਾਂ ਦੀ ਸੋਧ ਕਰੋ, ਕੱਲ੍ਹ ਨੂੰ ਛੋਟਾ ਜਿਹਾ ਆਰਡੀਨੈਂਸ ਜਾਰੀ ਕਰਨ ਦੀ ਲੋੜ ਆ, ਫਿਰ ਲੈ ਆਊਗੀ ਉਹ। ਇਸ ਕਰਕੇ ਸਰਕਾਰ 'ਤੇ ਯਕੀਨ ਨਹੀਂ ਹੈਗਾ ਜਥੇਬੰਦੀਆਂ ਨੂੰ, ਅਸੀਂ ਕਹਿੰਦਾ ਜਿਹੜੇ ਆਰਡੀਨੈਂਸ ਨੇ, ਜਦ ਉਹ ਸੋਧ ਕਰ ਰਹੀ ਹੈ ਵਿੱਚ ਹੈ ਹੀ ਕੁਛ ਨਹੀਂ, ਤਾਂ ਰੱਦ ਕਰਨ ਦੀ ਕੀ ਹਰਜ ਹੈ? ਇਹਦਾ ਮਤਲਬ ਜ਼ਰੂਰ ਕੁਛ ਨਾ ਕੁਛ ਕਾਲਾ ਵਿੱਚ, ਜਿਹਨਾਂ 'ਚ ਰੱਦ ਨਹੀਂ ਕਰਦੀ, ਕਿਸਾਨ ਜਥੇਬੰਦੀਆਂ ਪਿੱਛੇ ਨਹੀਂ ਹਟਣਗੇ, ਸਰਕਾਰ 'ਚ ਲੜਨਗੇ, ਸਰਕਾਰ ਦੇ ਨਾਲ 'ਚ ਲੜਾ ਜੋ ਨਹੀਂ ਤਾਂ ਲੜਾਂਗੇ ਅਸੀਂ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ ਦੇ ਨਾਲ ਦੀ ਟੀਵੀ ਐਨ ਆਰ ਆਈ।